ਔਨਲਾਈਨ ਕਲਾਸਿਸ ਲੱਗਦੀਆਂ ਜਿਆਦਾ ਕੁਛ ਹੁੰਦਾ ਵਿੱਚ ਕੁਛ ਨਹੀਂ ਸਮਝ ਆਉਂਦਾ ਸਾਡੇ ਬਾਰਡਰ ਏਰੀਆ ਸਾਡੇ ਸਕੂਲ ਖੋਲੇ ਜਾਣ ਇੱਕ ਮਨਦੀਪ ਕੌਰ ਅਸੀਂ ਭਾਰਤੀ ਕਿਸਾਨ ਏਕਤਾ ਯੂਨੀਅਨ ਡਕੌਂਦਾ ਦੇ ਨਾਲ ਫਿਰੋਜ਼ਪੁਰ ਵਿੱਚ ਧਰਨਾ ਲਾਇਆ ਇਹ ਕਿਲੇ ਵਾਲਾ ਚੌਂਕ ਹੈ ਜਿੱਥੇ ਅਸੀਂ ਧਰਨਾ ਲਾਇਆ ਇਹ ਧਰਨਾ ਇਸ ਕਰੋਨਾ ਦੇ ਆੜ 'ਚ ਜਿਹੜੇ ਸਕੂਲ ਬੰਦ ਕੀਤੇ ਗਏ ਆ ਉਸ ਦੇ ਖਿਲਾਫ ਲਾਇਆ ਕਿ ਹਰੇਕ ਜਗ੍ਹਾ 'ਤੇ ਜਿੱਥੇ ਸਰਕਾਰਾਂ ਦੀਆਂ ਰੈਲੀਆਂ ਹੁੰਦੀਆਂ ਨੇ ਵਿਆਹ ਹੁੰਦੇ ਨੇ ਉੱਥੇ ਜਿਹੜੇ ਲੋਕ ਨੇ ਹਜ਼ਾਰਾਂ ਦੀ ਗਿਣਤੀ 'ਚ ਜਾਂਦੇ ਨੇ ਉਹਨਾਂ ਨੂੰ ਇਜਾਜ਼ਤ ਆ ਪਰ ਜਿਹੜਾ ਸਾਡਾ ਪੜ੍ਹਾਈ ਦਾ ਅਦਾਰਾ ਉਸ ਨੂੰ ਬੰਦ ਕੀਤਾ ਗਿਆ ਹੈ ਕਿਉਂਕਿ ਉੱਥੇ ਵੱਧ ਕਰਾਉਣਾ ਆਉਂਦਾ ਅਸੀਂ ਯੂਨੀਵਰਸਿਟੀ 'ਚ ਪੜ੍ਹਦੇ ਬੱਚੇ ਹਾਂ ਅਸੀਂ ਘਰੇ ਬੈਠੇ ਹਾਂ ਇੱਕ ਮਹੀਨੇ ਤੋਂ ਉੱਤੇ ਸਾਨੂੰ ਘਰੇ ਹੋਇਆ ਵੀ ਅਸੀਂ ਬੈਠੇ ਹੋਏ ਹਾਂ ਹੁਣ ਸਾਡੇ ਜਿਹੜੇ ਇਗਜ਼ਾਮ ਆਏ ਨੇ ਔਨਲਾਈਨ ਮੋਡ 'ਚ ਇਗਜ਼ਾਮ ਕਰਵਾ ਰਹੇ ਨੇ ਬਿਲਕੁਲ ਗਲਤ ਤਰੀਕੇ ਨਾਲ ਇਗਜ਼ਾਮ ਕਰ ਰਹੇ ਆ ਸਾਡੇ ਸਰਟੀਫਿਕੇਟਾਂ ਦੇ ਥੱਲੇ ਕੋਵਿਡ-19 ਲਿਖਿਆ ਜਾਂਦਾ ਕੱਲ੍ਹ ਨੂੰ ਅਸੀਂ ਨੌਕਰੀਆਂ ਮੰਗਣ ਜਾਵਾਂਗੇ ਤਾਂ ਸਾਨੂੰ ਉਹ ਸਿੱਧਾ ਨੌਕਰੀ ਦੇਣ ਤੋਂ ਇਨਕਾਰ ਕਰਨਗੇ ਕਿ ਤੁਸੀਂ ਕਰੋਨਾ ਦੇ ਵਿੱਚ ਪਾਸ ਹੋ ਕੇ ਆਏ ਹੋ ਤੁਹਾਨੂੰ ਕੁਛ ਨਹੀਂ ਪਤਾ ਇਹ ਸਰਕਾਰ ਦੀ ਚਾਲ ਹੈ ਕਿ ਅਸੀਂ ਚੰਗੀ ਸਿੱਖਿਆ ਨਾ ਲੈ ਸਕੀਏ ਅਸੀਂ ਅੱਗੇ ਜਾ ਕੇ ਇਹਨਾਂ ਨੂੰ ਸਵਾਲ ਨਾ ਕਰੀਏ ਅਸੀਂ ਨੌਕਰੀ ਨਾ ਮੰਗ ਸਕੀਏ ਅਸੀਂ ਇਹ ਬੱਚਿਆਂ ਨੂੰ ਛੋਟੇ ਵੀ ਬੱਚੇ ਨੇ ਜਿਹੜੇ ਉਹਨਾਂ ਦੇ ਸਕੂਲ ਵੀ ਬੰਦ ਨੇ ਪ੍ਰਾਇਮਰੀ ਸਕੂਲ ਬੰਦ ਕੀਤੇ ਹੋਏ ਆ ਇੱਕ ਲੈਣ ਆਇਆ ਕਿ 6ਵੀਂ ਤੋਂ ਜੋ 12ਵੀਂ ਦੇ ਸਕੂਲ ਨੇ ਉਹ ਖੁੱਲ੍ਹੇ ਜਾਣਗੇ ਪਰ ਸਾਡੀ ਇਹ ਮੰਗ ਹੈ ਕਿ ਸਾਰੇ ਜਿੰਨਾ ਵੀ ਪ੍ਰਾਇਮਰੀ ਵੀ ਆ ਉਹ ਵੀ ਖੋਲ੍ਹੇ ਜਾਣ ਔਨਲਾਈਨ ਬੰਦ ਕੀਤਾ ਜਾਵੇ ਅਤੇ ਇਸ ਨੂੰ ਔਫਲਾਈਨ ਮੋਡ 'ਚ ਖੋਲ੍ਹਿਆ ਜਾਵੇ ਤਾਂ ਜੋ ਬੱਚੇ ਚੰਗੀ ਸਿੱਖਿਆ ਲੈ ਸਕਣ ਆਪਦਾ ਭਵਿੱਖ ਬਣਾ ਸਕਣ ਸਰਕਾਰ ਦੀ ਚਾਲ ਹੈ ਕਿ ਬੱਚੇ ਨਾ ਪੜ੍ਹ ਸਕਣ ਨੌਕਰੀ ਨਾ ਮੰਗ ਸਕਣ ਅਤੇ ਇਸੇ ਤਰ੍ਹਾਂ ਸੜਕਾਂ 'ਤੇ ਬੈਠੇ ਰਹਿਣ ਬੱਚੇ ਛੋਟੇ ਆ ਪ੍ਰਾਇਮਰੀ ਬੱਚੇ ਪੜ੍ਹਦੇ ਆ ਮੈਂ ਯੂਨੀਵਰਸਿਟੀ 'ਚ ਪੜ੍ਹਦੀ ਹਾਂ ਮੈਨੂੰ ਇੱਕ ਮਹੀਨੇ ਤੋਂ ਉੱਤੇ ਹੋ ਗਿਆ ਕਿ ਮੈਂ ਘਰੇ ਬੈਠੀ ਹਾਂ ਹੁਣ ਸਾਡੇ ਜਦੋਂ ਇਗਜ਼ਾਮ ਲੈਣਗੇ ਅਸੀਂ ਔਨਲਾਈਨ ਮੋਡ 'ਚ ਇਗਜ਼ਾਮ ਦੇ ਦਾਂਗੇ ਸਾਡੇ ਸਰਟੀਫਿਕੇਟਾਂ ਦੀ ਕੋਈ ਵੈਲਿਊ ਨਹੀਂ ਰਹੂਗੀ ਨਾਮ ਹਰਮਨਜੋਤ ਕੋਈ ਅੱਜ ਸਾਡੀ ਮੇਨ ਮੰਗ ਹੈ ਕਿ ਸਰਕਾਰ ਨੇ ਕਰੋਨਾ ਦਾ ਬਹਾਨਾ ਲਾ ਕੇ ਤਕਰੀਬਨ ਤਾਂ ਮੈਂ ਕਹਾਂਗਾ ਵੀ 2 ਸਾਲ ਤੋਂ ਸਕੂਲ ਬੰਦ ਕੀਤੇ ਹੋਏ ਨੇ ਅਤੇ ਸਕੂਲ ਦੇ ਬੱਚਿਆਂ ਦੀ ਜਿਹੜੀ ਪੜ੍ਹਾਈ ਬਹੁਤ ਪ੍ਰਭਾਵਿਤ ਹੋ ਰਹੀ ਹੈ ਹੁਣ ਅਸੀਂ ਕੀਤਾ ਸੀ ਐਲਾਨ ਵੀ ਅਸੀਂ ਰੋਡ ਜਾਮ ਕਰਾਂਗੇ ਪਰ ਸਰਕਾਰ ਨੇ ਕੱਲ੍ਹ ਬਿਆਨ ਦੇ ਦਿੱਤਾ ਵੀ 6ਵੀਂ ਕਲਾਸ ਤੋਂ ਲੈ ਕੇ ਉੱਪਰ ਬੱਚੇ ਜਿਹੜੇ ਉਹ ਸਕੂਲ ਜਾ ਸਕਦੇ ਨੇ ਨਾਲ ਇੱਕ ਉਹਨਾਂ ਨੇ ਇਹ ਹੋਰ ਸ਼ਰਤ ਰੱਖ ਦਿੱਤੀ ਕਿ ਜਿਸ ਬੱਚੇ ਨੂੰ 2 ਕਰੋਨਾ ਟੀਕੇ ਲੱਗੇ ਹੋਏ ਨੇ ਉਹੀ ਸਕੂਲ ਜਾਏਗਾ ਇਹ ਵੀ ਇੱਕ ਸਰਕਾਰ ਦੀ ਸਾਡੇ ਬੱਚਿਆਂ ਦੇ ਨਾਲ ਬੇਈਮਾਨੀ ਹੈ ਬਾਕੀ ਉਹਦੇ ਤੋਂ ਇਲਾਵਾ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਬੱਚੇ ਛੋਟੇ ਨੇ ਉਹਨਾਂ ਵਾਸਤੇ ਸਕੂਲ ਕਿਉਂ ਬੰਦ ਹੈ ਕਿਉਂਕਿ ਸਰਕਾਰ ਰੈਲੀਆਂ ਕਰਨ ਵਾਸਤੇ 1000 ਬੰਦੇ ਦੀ ਇਜਾਜ਼ਤ ਦਿੱਤੀ ਡੋਰ ਟੂ ਡੋਰ ਕੰਪੇਨ ਕਰਨ ਵਾਸਤੇ ਉਹਨਾਂ ਨੇ 100 ਬੰਦੇ ਦੀ ਇਜਾਜ਼ਤ ਦਿੱਤੀ ਹੈ ਵਿਆਹਾਂ ਦੇ ਵਿੱਚ 500 ਬੰਦਾ ਇਕੱਠਾ ਹੋ ਸਕਦਾ ਹੈ ਪਰ ਕਲਾਸ ਦੇ ਵਿੱਚ ਸਿਰਫ 20 ਜਾਂ 25 ਬੱਚੇ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਨੇ ਵੀ ਇਹ ਕਰੋਨਾ ਹੈ ਇਸ ਕਰਕੇ ਸਕੂਲ ਬੰਦ ਕੀਤਾ ਜਾ ਰਿਹਾ ਅੱਜ ਇਹ ਛੋਟੇ ਬੱਚਿਆਂ ਵਾਸਤੇ ਤਾਂ ਅਸੀਂ ਜ਼ੋਰ ਦੇ ਰਹੇ ਹਾਂ ਕਿ ਜੇ ਸਾਡੀ ਨੀਂਹ ਮਜ਼ਬੂਤ ਨਹੀਂ ਹੋਵੇਗੀ ਤੇ ਉਹ ਉੱਤੇ ਮਕਾਨ ਜਿਹੜਾ ਹੈ ਨਾ ਉਹ ਖੜਾ ਨਹੀਂ ਰਹਿ ਸਕਦਾ ਇਸ ਕਰਕੇ ਸਾਡੇ ਇਹ ਜਿਹੜੇ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਦੀ ਸਾਡੀ ਜਿਹੜੀ ਨੀਂਹ ਹੈ ਨਾ ਇਹਨੂੰ ਸਿੱਖਿਆ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ ਤਾਂ ਕਿ ਇਹ ਵੱਡੇ ਹੋ ਕੇ ਪੂਰੇ ਇਹ ਕਾਬਲ ਨਾ ਹੋ ਸਕਣ ਇਹਨਾਂ ਨੂੰ ਸਮਝ ਨਾ ਆ ਸਕੇ ਇਹ ਸਰਕਾਰਾਂ ਦੇ ਸਾਹਮਣੇ ਜਿਹੜਾ ਸਵਾਲ ਜਵਾਬ ਨਾ ਕਰ ਸਕਣ ਇਹ ਆਪਣੇ ਹੱਕ ਨਾ ਮੰਗਣ ਇਸ ਕਰਕੇ ਇਹ ਸਕੂਲਾਂ ਨੂੰ ਬੰਦ ਕਰਕੇ ਸਾਡੇ ਬੱਚਿਆਂ ਦੇ ਨਾਲ ਸਾਡੇ ਬੱਚਿਆਂ ਦੀ ਪੜ੍ਹਾਈ ਦੇ ਨਾਲ ਖਿਲਵਾੜ ਕਰ ਲਏ ਇਸ ਬਚਪਨ ਦੇ ਨਾਲ ਖਿਲਵਾੜ ਹੋ ਰਹੀ ਹੈ ਜੋ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ ਅਸੀਂ ਇਹਦਾ ਜੇ ਅੱਜ ਨਹੀਂ ਖੋਲ੍ਹਦੇ ਅਤੇ 2-3 ਦਿਨ ਦੇ ਅੰਦਰ ਅੰਦਰ ਨਹੀਂ ਖੋਲ੍ਹਦੇ ਅਤੇ ਫਿਰ ਅਸੀਂ ਇੱਕ ਵੱਡਾ ਐਕਸ਼ਨ ਹੋਰ ਜਿਹੜਾ ਹੈ ਉਹ ਲੈ ਕੇ ਆਵਾਂਗੇ ਅਗਰ ਫਿਰ ਵੀ ਸਰਕਾਰ ਦੇ ਕੰਨ 'ਤੇ ਜੂ ਨਹੀਂ ਸਰਕਦੀ
कि 20 तरीक नूं जिहड़ियां पोलिंग लगने ने बूथ सर्कूलां दे विच असीं उहनां नूं बिल्कुल नहीं लगन देना। जिथे मर्जी जाके ये आपदे पोलिंग बूथ लाउण, वो स्कूल साडे ने, साडे पिंडां दीआं जमीनां ते बने होए ने, साडे टैक्स नाल स्कूल बने ने, वो पब्लिक अदारे ने, इस करके असीं वो भी इहनां ते इहनां दा बंद करांगे। Subscribe to our YouTube channel News DNN by clicking the bell icon. Don't forget to like, comment and share.